आप देख रहे हैं इंडिया 24 सेवन लाइव टीवी। मैं आपके साथ प्रतीक्षा वर्मा। रुक करते हैं प्रदेश की अहम खबरों का। पंजाब में विधानसभा चुनाव नजदीक आते ही अपनी पार्टियों को छोड़कर दूसरी पार्टियों में जाने का सिलसिला शुरू हो गया है। ऐसा ही उस समय हुआ जब भाजपा को अलविदा कहकर करीब 200 परिवार कांग्रेस में चले गए। उस समय भाजपा को एक बड़ा झटका लगा जब पठानकोट के सरहदी गांव तत्यालबाग गांव तलूर के करीब 200 परिवार कांग्रेसी लीडर सरबजीत सिंह शाबा की अध्यक्षता में भाजपा को छोड़कर कांग्रेस पार्टी में शामिल हो गए, जिसे हल्का विधायक जोगिंदर पाल व सरबजीत सिंह बाबा ने सरोपा डालकर पार्टी में शामिल किया। कांग्रेसी लीडर सरबजीत सिंह शाबा व विधायक जोगिंदर पाल इन सभी लोगों का सम्मान करते हुए कहा कि जैसे लोग भाजपा को छोड़कर कांग्रेस पार्टी में शामिल हो रहे हैं, इससे साफ हो गया है कि 2022 में भी पंजाब में कांग्रेस की सरकार बनने जा रही है। प्रोग्राम कराया अपने पिंड दे विच, देखिया कि काफ़ी हजूम इकट्ठा होया था, लोकी पार्टी छड्ड गए, कांग्रेस दे विच शामिल होए, उहदे बारे की कहना चाहुंगा? ਪਹਿਲਾਂ ਤਾਂ ਮੈਂ ਨਾਰਾ ਲਾਵਾਂਗਾ, ਬੋਲੋ ਜੈ ਸ਼੍ਰੀ ਰਾਮ, ਹਰ ਹਰ ਮਹਾਦੇਵ। ਇਹ ਸਾਡੀ ਸੁਣਵਾਈ ਕਰਨ ਵਾਲੇ ਪਹਿਲੇ ਸੈਕਸ ਆ, ਸਾਰੀ ਉਮਰ ਤੇ ਅਸੀਂ ਛਿੱਤਰ ਹੀ ਖਾਂਦੇ ਰਹੇ ਆ। ਹਿੰਦੂਆਂ ਨੇ ਪੁੱਛਿਆ ਹੀ ਕਿਸੇ ਨੇ ਨਹੀਂ, ਇਹ ਪਹਿਲੇ ਸੈਕਸ ਆ ਜਿਹਨਾਂ ਸਾਡੀ ਕੋਈ ਗੱਲ ਨਹੀਂ, ਥਾਪੀ ਦੇ ਕੇ ਰੱਖੀ ਆ, ਤਕੜੇ ਹੋ ਜਾਓ। ਹਰ ਕੰਮ ਜਿਹੜਾ ਸਾਡੇ ਪਿੰਡ ਦੀਆਂ 20 ਗਰਾਂਟਾਂ ਪਾਤੀਆਂ, ਮੰਦਰ ਆਏ, ਮੰਦਰ ਪੈਸੇ ਦੇਤੇ ਆ, ਸਾਡੇ ਪਿੰਡ ਕਦੀ ਮੰਦਰ ਕਈ MLA ਆਇਆ ਹੀ ਨਹੀਂ ਅੱਜ ਤੱਕ ਨਹੀਂ। ਦੂਸਰੀ ਪਾਰਟੀ ਛੱਡ ਕੇ ਕਾਂਗਰਸ 'ਚ ਆ ਰਿਹਾ, ਕਿਉਂ ਆ ਰਹੇ ਨੇ? ਕੀ ਉਹ ਬੰਦਾ ਹੀ ਹੀਰਾ, ਜਿਹੜਾ ਹੀਰਾ ਹੀਰੇ ਮਗਰ ਚੱਲਣਾ ਹੀ ਚੱਲਣਾ, ਬੈਨੀਫਿਟ ਵੀ ਦਿੰਦੇ ਆ, ਜਿਹੜਾ ਹੀਰਾ ਉਹ ਹੀਰੇ ਮਗਰ ਚੱਲਣਾ ਹੀ ਚੱਲਣਾ। ਜਿਹਨਾਂ ਦੇ ਰਾਸ਼ਨ ਕਾਰਡ ਕੱਟਿਆ ਉਹਨਾਂ ਨੂੰ ਰਾਸ਼ਨ ਕਾਰਡ ਦੇਤੇ ਆ, ਜਿਹਨਾਂ ਨੂੰ ਪੈਨਸ਼ਨ 1500 ਕਰਦੀ ਹੈ, ਜਿਹਨਾਂ ਨੂੰ 500-700 ਮਿਲਦੀ ਉਹਨਾਂ ਨੂੰ 1500 ਕਰਦੀ ਆ ਪੈਨਸ਼ਨ, ਕੋਈ ਗੱਲ ਹੀ ਨਹੀਂ ਕਰਨ ਵਾਲੀ ਹੈਗੀ। ਉੱਦਾਂ ਲੋਕ ਕਤੀੜ ਖਾਣਾ ਰੌਲਾ ਪਾਈ ਜਾਂਦਾ, ਜੋਗਿੰਦਰ ਪਾਲ ਨੇ ਥੱਲੇ ਆ, ਇਹ ਹਾਥੀ ਆ ਹਾਥੀ, ਇਹ ਨੰਗਾ ਡਿਆ ਪਿੰਡ 'ਚ, ਉਹਦੇ ਚੀਕਾਂ ਵੱਜਣੀਆਂ, ਮੁੜ ਕੇ ਨਿਆਣਿਆਂ ਕਹਿਣਾ ਅਸੀਂ ਫੜ ਲੈਣਾ, ਨਿਆਣਿਆਂ ਕਹਿਣਾ ਅਸੀਂ ਫੜ ਲੈਣਾ, ਸਿਆਣਿਆਂ ਅਸੀਂ ਕਹਿਣਾ ਫੜ ਲੈਣਾ, ਕੁੱਤੇ ਕਹਿੰਦੇ ਅਸੀਂ ਵੱਢ ਖਾਣਾ। ਉਹ ਕੋਈ ਕਿਸੇ ਦੇ ਹੱਥ ਨਹੀਂ ਆਉਣਾ। ਇਹ ਅੱਗੇ 28,000 ਨਾਲ ਜਿੱਤਿਆ ਸੀ, ਹੁਣ 56,000 ਨਾਲ ਜਿੱਤੇਗਾ, ਨਾ ਜਿੱਤੇਗਾ। ਬਾਕੀ ਕਾਰਜਕ੍ਰਮ ਸੀਗਾ, ਅੱਜ ਦਾ ਕਾਰਜਕ੍ਰਮ ਜਿਹੜਾ, ਵੈਸੇ ਤਾਂ 4.5 ਸਾਲ ਤੋਂ ਹੀ ਕਾਰਜਕ੍ਰਮ ਚੱਲਦੇ ਪਏ ਨੇ। ਜਨਮ ਅਸ਼ਟਮੀ ਦਾ ਦਿਨ ਦਿਹਾੜਾ ਚੱਲਦਾ ਪਿਆ, ਔਰ ਪਿੰਡਾਂ ਦੇ ਵਿੱਚ ਮੰਦਰਾਂ ਦੇ ਵਿੱਚ ਲੰਗਰ ਦਾ ਪ੍ਰੋਗਰਾਮ ਜਿਹੜਾ ਚੱਲਦਾ ਪਿਆ, ਔਰ ਤੁਹਾਡੇ ਸਾਹਮਣੇ ਹੈ ਜਨ ਸਲਾਬ ਜਿਹੜਾ ਬੱਚਿਆਂ ਦਾ, ਨੌਜਵਾਨਾਂ ਦਾ, ਸਾਰੇ ਨਾਲ ਹੋ ਕੇ ਇਹ ਕਈ ਪਰਿਵਾਰ ਜਿਹੜੇ ਅੱਜ BJP ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਏ ਨੇ, ਔਰ ਜਿਹੜੇ ਜਿਹੜਾ ਵੀ ਪਰਿਵਾਰ ਕਾਂਗਰਸ ਵਿੱਚ ਸ਼ਾਮਿਲ ਹੋ ਰਿਹਾ, ਉਹਨਾਂ ਨੌਜਵਾਨ ਸਾਥੀਆਂ ਨੂੰ, ਉਹਨਾਂ ਪਰਿਵਾਰਾਂ ਨੂੰ ਪੂਰਾ ਮਾਣ ਅਤੇ ਸਨਮਾਨ ਦਿੱਤਾ ਜਾਏਗਾ, ਔਰ ਬਿਲਕੁਲ ਵੀ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ। ਜਿਹੜਾ ਵੀ ਕੰਮ ਜਾਇਜ਼ ਕਹਿਣਗੇ, ਪਹਿਲ ਦੇ ਆਧਾਰ 'ਤੇ ਕੀਤਾ ਜਾਏਗਾ। ਜਦੋਂ ਪਰਿਵਾਰ ਜਿਸ ਤਰ੍ਹਾਂ ਵੱਡਾ ਹੁੰਦਾ ਜਾਂਦਾ, ਉਦਾਂ ਤਾਂ ਪਰਿਵਾਰ ਦੀ ਗਰੋਥ ਹੁੰਦੀ ਜਾਂਦੀ ਹੈ, ਔਰ ਨਾਲ ਦੀ ਨਾਲ ਪਾਰਟੀ ਮਜ਼ਬੂਤ ਹੁੰਦੀ ਜਾਂਦੀ ਹੈ। ਅੱਜ ਬਹੁਤ ਖੁਸ਼ੀ ਦਾ ਦਿਹਾੜਾ, ਜਨਮ ਅਸ਼ਟਮੀ ਜਿਹੜੀ ਆ ਕੱਲ੍ਹ ਪਰਸੋਂ ਬੀਤ ਗਈ ਹੈ, ਔਰ ਅੱਜ ਮੁੰਡੇ ਕਾਫੀ ਪਰਿਵਾਰ ਜਿਹੜੇ ਹੈ BJP ਨੂੰ ਛੱਡ ਕੇ ਕਾਂਗਰਸ ਸ਼ਾਮਿਲ ਹੋਏ ਨੇ।